ਜੀ ਨਸ਼ੇ ਕਰਕੇ ਭਾਈ ਆਪਾਂ ਚਿੱਟਾ ਪੀਂਦੇ ਹਾਂ। ਕਿੰਨੀ ਦੇਰ ਤੋਂ ਚਿੱਟਾ ਪੀਂਦੇ ਹੋ ਤੁਸੀਂ? ਭਾਈ ਮੈਨੂੰ 3-4 ਮਹੀਨੇ ਹੋ ਗਏ ਚਿੱਟਾ ਪੀਂਦੇ। ਕਿੰਨੇ ਲਾਇਆ ਸੀ ਚਿੱਟੇ ਦੇ? ਭਾਈ ਸਹੇਲੀ ਮੇਰੀ ਨੇ। ਸਹੇਲੀ ਨੇ ਕੀ ਕਹਿੰਦੀ ਸੀ? ਕੁਛ ਨਹੀਂ ਭਾਈ, ਉਹਨੇ ਛੱਡ ਦਿੱਤਾ ਸੀ, ਫਿਰ ਭਾਈ ਮੈਂ ਚਿੱਟਾ ਪੀਣ ਲੱਗ ਪਿਆ। ਨਾਕਾਬੰਦੀ ਕਰਕੇ ਵਹੀਕਲਾਂ ਵਗੈਰਾ ਦੀ ਚੈਕਿੰਗ ਕਰ ਰਹੇ ਸੀ। ਪੋਦਰ ਚੌਂਕ ਵੱਲੋਂ ਇੱਕ ਮੋਟਰਸਾਈਕਲ ਸਪਲੈਂਡਰ ਬਿਨਾਂ ਨੰਬਰ 'ਤੇ, 3 ਨੌਜਵਾਨ ਜਿਹੜੇ ਸੀ ਉਹ ਜੋਤੀ ਚੌਂਕ ਵਾਲੀ ਸਾਈਡ ਨੂੰ ਆਏ, ਜਿਨ੍ਹਾਂ ਨੂੰ ਜਿਨ੍ਹਾਂ ਨੇ ਪੁਲਿਸ ਪਾਰਟੀ ਨੂੰ ਨਾਕਾ ਦੇਖ ਕੇ ਇਕਦਮ ਮੋਟਰਸਾਈਕਲ ਪਿੱਛੇ ਨੂੰ ਘੁਮਾਉਣ ਦੀ ਕੋਸ਼ਿਸ਼ ਕੀਤੀ। ਹਾਂਜੀ ਸਰ ਜੀ, ਸਰ ਜੀ ਹੁਣ ਇਹ ਮਹਿਸੂਸ ਹੋ ਰਿਹਾ ਕਿ ਹੁਣ ਬਾਹਰ ਆ ਕੇ ਸੁਧਰ ਜਾਣਾ, ਕੰਮ ਕਾਰ ਆਪਣਾ ਕਰਨਾ, ਸਰ ਜੀ ਸਾਰਾ ਕੁਛ ਭੁੱਲ ਜਾਣਾ, ਨਸ਼ਾ ਪੱਤਾ ਛੱਡ ਦੇਣਾ। ਸਰ ਜੀ ਆਪਾਂ ਸੋਚਿਆ ਸਰ ਜੀ, ਗਲਤੀ ਕੀਤੀ ਆਪਾਂ ਸਰ ਜੀ, ਸੱਜੇ ਅੰਦਰ ਜਾ ਕੇ ਸਰ ਜੀ ਬਾਹਰ ਆ ਕੇ ਸਰ ਜੀ ਨਸ਼ਾ ਵੀ ਛੁੱਟ ਜੂਗਾ, ਸਰ ਜੀ ਇੱਦਾਂ ਦੇ ਗਲਤ ਕੰਮ ਵੀ ਛੁੱਟ ਜੂਗੇ, ਸਰ ਜੀ ਆਪਣਾ ਕੰਮ ਕਰਾਂਗੇ, ਸਰ ਜੀ 1 ਨੰਬਰ ਦੀ ਕਮਾਈ ਖਾਵਾਂਗੇ, ਸਰ ਜੀ ਸਾਰਾ ਕੁਛ ਭੁੱਲ ਜਾਵਾਂਗੇ। ਇਹ ਜਿਹੜੇ ਮੋਬਾਈਲ ਆ, ਇਹ ਇੱਕ ਲੈਦਰ ਕੰਪਲੈਕਸ ਤੋਂ ਖੋਇਆ ਸੀ, ਅਤੇ ਇੱਕ ਅਸੀਂ ਟਰਾਂਸਪੋਰਟ ਜਿਹੜੀ ਹੈਗੀ ਆ ਕਲੋਨੀ ਉੱਥੋਂ ਖੋਇਆ ਸੀ, ਅਤੇ ਜਿਹੜੇ ਵੇਚਣ ਲਈ ਜਾ ਰਹੇ ਸੀ। ਭਾਅ ਜੀ ਮੇਰਾ ਨਾਮ ਦਿਵਾਂਸ਼। ਦਿਵਾਂਸ਼ ਕਿਉਂ ਇਹ ਕੰਮ ਕਰ ਜਾਂਦੇ? ਭਾਅ ਜੀ ਨਸ਼ੇ ਕਰਕੇ ਭਾਅ ਜੀ ਆਪਾਂ ਚਿੱਟਾ ਪੀਂਦੇ। ਕਿੰਨੀ ਦੇਰ ਤੋਂ ਚਿੱਟਾ ਪੀਂਦੇ ਹੋ ਤੁਸੀਂ? ਭਾਅ ਜੀ ਮੈਨੂੰ 3-4 ਮਹੀਨੇ ਹੋ ਗਏ ਚਿੱਟਾ ਪੀਂਦੇ। ਕਿੰਨੇ ਲਾਇਆ ਸੀ ਚਿੱਟੇ ਦੇ? ਭਾਅ ਜੀ ਸਹੇਲੀ ਮੇਰੀ ਨੇ। ਸਹੇਲੀ ਨੇ ਕੀ ਕਹਿੰਦੀ ਸੀ? ਕੁਛ ਨਹੀਂ ਭਾਅ ਜੀ, ਉਹਨੇ ਛੱਡ ਦਿੱਤਾ ਸੀ, ਫਿਰ ਭਾਅ ਜੀ ਮੈਂ ਚਿੱਟਾ ਪੀਣ ਲੱਗ ਪਿਆ। ਮਤਲਬ ਪਿਆਰ 'ਚ ਧੋਖਾ ਮਿਲਿਆ ਤਾਂ? ਮੇਰੀ ਉਮਰ 20 ਸਾਲ ਭਾਅ ਜੀ, 20 ਸਾਲ ਭਾਅ ਜੀ। 20 ਸਾਲ ਤੋਂ ਹੁਣ ਅੱਜ ਇਸ ਮੁਕਾਮ 'ਤੇ ਪਹੁੰਚ ਗਏ ਹੋ, ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ? ਇੱਕ ਲੜਕੀ ਪਿੱਛੇ ਜਿਹੜੀ ਤੁਸੀਂ ਆਪਣੀ ਲਾਈਫ ਖਰਾਬ ਕੀਤੀ। ਹਾਂਜੀ ਸਰ ਜੀ, ਸਰ ਜੀ ਹੁਣ ਇਹ ਮਹਿਸੂਸ ਹੋ ਰਿਹਾ ਕਿ ਹੁਣ ਬਾਹਰ ਆ ਕੇ ਸੁਧਰ ਜਾਣਾ, ਕੰਮ ਕਾਰ ਆਪਣਾ ਕਰਨਾ, ਸਰ ਜੀ ਸਾਰਾ ਕੁਛ ਭੁੱਲ ਜਾਣਾ, ਨਸ਼ਾ ਪੱਤਾ ਛੱਡ ਦੇਣਾ। ਮਨ ਨੂੰ ਠੇਸ ਤਾਂ ਲੱਗਦੀ ਹੋਣੀ ਸਰ ਜੀ? ਹਾਂਜੀ, ਕਿ ਆਪਾਂ ਸੋਚਿਆ ਜੀ, ਆਪਾਂ ਸੋਚਿਆ ਸਰ ਜੀ, ਗਲਤੀ ਕੀਤੀ ਆਪਾਂ ਸਰ ਜੀ, ਸੱਜੇ ਅੰਦਰ ਜਾ ਕੇ ਸਰ ਜੀ ਬਾਹਰ ਆ ਕੇ ਸਰ ਜੀ ਨਸ਼ਾ ਵੀ ਛੁੱਟ ਜੂਗਾ, ਸਰ ਜੀ ਇੱਦਾਂ ਦੇ ਗਲਤ ਕੰਮ ਵੀ ਛੁੱਟ ਜੂਗੇ, ਸਰ ਜੀ ਆਪਣਾ ਕੰਮ ਕਰਾਂਗੇ, ਸਰ ਜੀ 1 ਨੰਬਰ ਦੀ ਕਮਾਈ ਖਾਵਾਂਗੇ, ਸਰ ਜੀ ਸਾਰਾ ਕੁਛ ਭੁੱਲ ਜਾਵਾਂਗੇ। ਬਾਕੀ ਜਿਹੜੇ ਤੇਰੇ ਸਾਥੀ ਹੈ ਉਹ ਵੀ ਨਸ਼ੇ ਦੇ ਆਦੀ? ਹਾਂਜੀ ਸਰ ਜੀ। ਉਹਨਾਂ ਨੂੰ ਕਿੰਨੇ ਸ਼ੁਰੂ ਕਰਾਇਆ? ਸਰ ਜੀ ਆਪੇ, ਸਰ ਜੀ ਇਹਨਾਂ ਨੂੰ ਵੀ ਪਤਾ ਸਰ ਜੀ ਕਿੰਨੇ ਸ਼ੁਰੂ ਕਰਾਇਆ, ਸਰ ਜੀ ਪਹਿਲੇ ਹੀ ਕਰਦੀ ਸੀ, ਸਰ ਜੀ ਨਸ਼ੇ ਦੇ ਥਰੂ ਹੀ ਮੈਨੂੰ ਮਿਲੇ ਸੀ। ਲੈਂਦੇ ਕਿੱਥੋਂ ਸੀ ਤੁਸੀਂ ਨਸ਼ਾ? ਸਰ ਜੀ ਕਾਜੀ ਮੰਡੀ ਤੋਂ। ਕਾਜੀ ਮੰਡੀ ਤੋਂ? ਕੀ ਨਾਂ ਬੰਦੇ ਦਾ? ਜੀ ਜੀ ਸਰ ਜੀ ਨਾਂ, ਸਰ ਜੀ ਪੱਕਾ ਨਾਮ ਨਹੀਂ, ਸਰ ਜੀ ਮੈਨੂੰ ਪਤਾ, ਸਰ ਜੀ ਉਹ ਸਹੀ ਨਾਮ ਨਹੀਂ ਦੱਸਦੇ। ਕੱਚਾ ਕੀ ਨਾਮ? ਸਰ ਜੀ ਉਹਦਾ ਸੋਨੂੰ ਵੀ ਕਹਿੰਦੇ ਉਹਨੂੰ, ਸਰ ਜੀ ਜਈਆ ਵੀ ਕਹਿੰਦੇ ਸਰ ਜੀ ਉਹਨੂੰ। ਹਾਂਜੀ, ਕੀ ਮਾਮਲਾ ਜੀ ਸਾਰਾ ਜਿਹੜੇ ਸਨੈਚਰ? ਜੀ ਮਿਤੀ 14/1/2020 ਨੂੰ ਸਾਡੇ ASI ਮਨਜਿੰਦਰ ਸਿੰਘ, ASI ਸੁਰਿੰਦਰਪਾਲ ਅਤੇ ਹੋਰ ਕਰਮਚਾਰੀ ਜਿਹੜੇ ਸੀ ਇਹ ਲਾਲ ਰਤਨ ਸਿਲਮੇ ਦੇ ਲਾਗੇ ਨਾਕਾਬੰਦੀ ਕਰਕੇ ਵਹੀਕਲਾਂ ਵਗੈਰਾ ਦੀ ਚੈਕਿੰਗ ਕਰ ਰਹੇ ਸੀ। ਨਕੋਦਰ ਚੌਂਕ ਵੱਲੋਂ ਇੱਕ ਮੋਟਰਸਾਈਕਲ ਸਪਲੈਂਡਰ ਬਿਨਾਂ ਨੰਬਰ 'ਤੇ, 3 ਨੌਜਵਾਨ ਜਿਹੜੇ ਸੀ ਉਹ ਜੋਤੀ ਚੌਂਕ ਵਾਲੀ ਸਾਈਡ ਨੂੰ ਆਏ, ਜਿਨ੍ਹਾਂ ਨੂੰ ਜਿਨ੍ਹਾਂ ਨੇ ਪੁਲਿਸ ਪਾਰਟੀ ਨੂੰ ਨਾਕਾ ਦੇਖ ਕੇ ਇਕਦਮ ਮੋਟਰਸਾਈਕਲ ਪਿੱਛੇ ਨੂੰ ਘੁਮਾਉਣ ਦੀ ਕੋਸ਼ਿਸ਼ ਕੀਤੀ, ਅਤੇ ਸ਼ੱਕ ਦੀ ਬਿਨਾਹ 'ਤੇ ਮਨਿੰਦਰ ਸਿੰਘ ASI ਨੇ ਉਹਨਾਂ ਨੂੰ ਪਕੜ ਕੇ ਪੁੱਛਗਿੱਛ ਕੀਤੀ। ਜਦੋਂ ਉਹਨਾਂ ਦੀ ਸਰਚ ਕੀਤੀ ਅਤੇ ਉਹਨਾਂ ਦੀ ਜੇਬ ਦੇ ਵਿੱਚੋਂ 2 ਮੋਬਾਈਲ ਮਿਲੇ, ਜਿਨ੍ਹਾਂ ਦੇ ਵਿੱਚ ਸਿੰਮਾਂ ਨਹੀਂ ਸੀ। ਸਿੰਮਾਂ ਨਾ ਹੋਣ ਦੀ ਕਰਕੇ ਡੀਪਲੀ ਉਹਨਾਂ ਕੋਲ ਪੁੱਛਗਿੱਛ ਕੀਤੀ ਡੰਘਾਈ ਦੇ ਨਾਲ, ਅਤੇ ਉਹਨਾਂ ਨੇ ਦੱਸਿਆ ਕਿ ਅਸੀਂ ਇਹ ਜਿਹੜੇ ਮੋਬਾਈਲ ਆ ਇਹ ਇੱਕ ਲੈਦਰ ਕੰਪਲੈਕਸ ਤੋਂ ਖੋਇਆ ਸੀ, ਅਤੇ ਇੱਕ ਅਸੀਂ ਟਰਾਂਸਪੋਰਟ ਜਿਹੜੀ ਹੈਗੀ ਆ ਕਲੋਨੀ ਉੱਥੋਂ ਖੋਇਆ ਸੀ, ਅਤੇ ਜਿਹੜੇ ਵੇਚਣ ਲਈ ਜਾ ਰਹੇ ਸੀ, ਅਤੇ ਦੋਨਾਂ ਨੂੰ ਸ਼ੱਕ ਦੀ ਬਿਨਾਹ 'ਤੇ ਕਾਬੂ ਕਰਕੇ ਇਹਨਾਂ ਦੇ ਪਰਚਾ ਦਰਜ ਕੀਤਾ ਗਿਆ, ਮੁਕੱਦਮਾ ਨੰਬਰ 7/14/1 ਗ੍ਰਿਫਤਾਰ ਕਰਕੇ ਅਦਾਲਤ 'ਚ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਲਿਆ, ਜਿਨ੍ਹਾਂ ਨੇ ਪੁਲਿਸ ਰਿਮਾਂਡ ਦੌਰਾਨ ਦੱਸਿਆ ਕਿ ਇਹਨਾਂ ਨੇ ਵੱਖ ਵੱਖ ਸ਼ਹਿਰ ਦੇ ਹਿੱਸਿਆਂ ਤੋਂ ਕਰੀਬ 6 ਵਾਰਦਾਤਾਂ ਜਿਹੜੀਆਂ ਹੋਰ ਵੀ ਕੀਤੀਆਂ,
ਅਤੇ ਉਹਨਾਂ ਦੇ ਮੋਬਾਈਲ ਵੀ 5-6 ਜਿਹੜੇ ਖੋਏ ਸੀ ਉਹ ਬਰਾਮਦ ਕੀਤੇ ਗਏ ਆ ਅਤੇ ਹੋਰ ਬਰਾਮਦ ਵੀ ਇਹਨਾਂ ਕੋਲੋਂ ਕੀਤੀ ਜਾ ਰਹੀ ਹੈ। ਬਿਲਕੁਲ ਸੱਚ, ਜੋਤਿਸ਼ ਇੱਕ ਵਿਦਿਆ ਇੱਕ ਸਾਇੰਸ। ਐਸਟ੍ਰੋਲੋਜਰ ਸਰਦਾਰ ਧਰਮਿੰਦਰਜੀਤ ਸਿੰਘ ਦਾ ਸਾਰੀ ਦੁਨੀਆ ਲਈ ਖੁੱਲ੍ਹਾ ਚੈਲੰਜ। ਕੀ ਤੁਸੀਂ ਜ਼ਿੰਦਗੀ ਦੇ ਕਿਸੇ ਵੀ ਸਮੱਸਿਆ ਤੋਂ ਪਰੇਸ਼ਾਨ ਹੋ? ਕੀ ਤੁਹਾਡੇ ਵਿਆਹ ਵਿੱਚ ਹੋ ਰਹੀ ਹੈ ਦੇਰੀ? ਕੀ ਤੁਸੀਂ ਸੰਤਾਨ ਸੁੱਖ ਤੋਂ ਵਾਂਝੇ ਹੋ? ਕੀ ਤੁਹਾਨੂੰ ਤੁਹਾਡਾ ਮਨ ਚਾਹਿਆ ਪਿਆਰ ਨਹੀਂ ਮਿਲ ਰਿਹਾ? ਕੀ ਤੁਸੀਂ ਲਾਉਣਾ ਚਾਹੁੰਦੇ ਹੋ ਲੋਟਰੀ ਦਾ ਸਹੀ ਨੰਬਰ? ਕੀ ਤੁਹਾਨੂੰ ਨੌਕਰੀ ਨਹੀਂ ਮਿਲ ਰਹੀ? ਕੀ ਤੁਹਾਡਾ ਵੀਜ਼ਾ ਨਹੀਂ ਲੱਗ ਰਿਹਾ? ਕੀ ਤੁਸੀਂ ਵਿਦੇਸ਼ 'ਚ ਪੱਕਾ ਹੋਣਾ ਚਾਹੁੰਦੇ ਹੋ? ਧਨ ਦੀ ਕਮੀ, ਬਿਮਾਰੀ ਤੋਂ ਪਰੇਸ਼ਾਨੀ? ਘਰ ਬੈਠੇ ਬਿਠਾਏ ਹੀ ਕੀਤਾ ਜਾਵੇਗਾ ਤੁਹਾਡੀ ਸਮੱਸਿਆ ਦਾ ਸਮਾਧਾਨ ਫੀਸ ਕੰਮ ਹੋਣ ਤੋਂ ਬਾਅਦ। ਇਹਨਾਂ ਸਾਰੀਆਂ ਸਮੱਸਿਆਵਾਂ ਦੇ ਪੱਕੇ ਹੱਲ ਲਈ ਇੱਕ ਵਾਰ ਜ਼ਰੂਰ ਮਿਲੋ ਐਸਟ੍ਰੋਲੋਜਰ ਸਰਦਾਰ ਧਰਮਿੰਦਰਜੀਤ ਸਿੰਘ ਨੂੰ, ਜੋ ਕਰਦੇ ਨੇ ਮੁਫ਼ਤ ਸੇਵਾ ਮੁਫ਼ਤ ਸਮਾਧਾਨ।